ਸੋ ਤੁਸੀਂ ਦੇਖਦੇ ਪਿਓ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਔਰ ਦੋਸਤੋ ਤੁਹਾਡੇ ਵਾਸਤੇ ਰੋਜ਼ ਤੁਹਾਡਾ ਵੀਰ ਨਦੀਮ ਖਰਲ ਇੱਕ ਨੀਲੀ ਦੀਆਂ ਬਿਹਤਰੀਨ ਬ੍ਰਾਂਡ ਲੈ ਕੇ ਹਮੇਸ਼ਾ ਹਾਜ਼ਰ ਹੁੰਦਾ। ਅੱਜ 4 ਮਈ ਔਰ ਇੱਕ ਗਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ। ਬੜੀ ਖੂਬਸੂਰਤ ਫਰੀਜ਼ਨ ਕਰਾਸ ਦੀ ਗਾਂ ਹੈ, ਹੌਲੇ ਜਿਹੇ ਮੁੱਲਾਂ ਦੀ, ਸੋਹਣੀ ਸੁਥਰੀ। ਔਰ ਜਨਾਬ 4 ਮਹੀਨੇ, ਇੱਕ ਤਕੜੇ ਮੁੱਲ ਦੀਆਂ ਨੇ, ਵਿੱਚ ਕੋਈ ਸਸਤੀਆਂ ਵੀ ਨੇ, ਕੋਈ ਚੰਗੀਆਂ ਵੀ ਨੇ। ਇਹ ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ ਸੀ ਔਰ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਸਾਰਾ ਕੁਝ ਵਿਖਾਵੇਗਾ। ਸਭ ਤੋਂ ਪਹਿਲਾਂ ਸ਼ੁਰੂ ਅਸੀਂ ਕਰਾਂਗੇ ਇੱਕ ਸੱਜਣ ਗਾਂ ਤੋਂ, ਫਿਰ ਸੱਜਣਾ ਮਹੀਨੇ 4, ਉਹਨਾਂ ਨੂੰ ਤੁਹਾਨੂੰ ਵਿਖਾਵਾਂਗੇ ਸਾਰੇ ਲਾਈਨ ਦੇ ਵਿੱਚ, ਔਰ ਇੱਕ ਚੀਜ਼ ਮੇਰਾ ਕੈਮਰਾਮੈਨ ਤਸੱਲੀ ਨਾਲ ਤੁਹਾਨੂੰ ਵਿਖਾਵੇਗਾ। ਸ਼ਾਮਾਂ ਦਾ ਟਾਈਮ ਹੈ ਔਰ ਜਨਾਬ ਸਭ ਤੋਂ ਪਹਿਲਾਂ ਲਿਆ ਬੱਛਾ ਲਿਆ ਕੇ ਬੱਚੀ ਜੋ ਵੀ ਲਿਆ। ਸਭ ਤੋਂ ਪਹਿਲਾਂ ਜਨਾਬ ਇਹ ਗਾਂ ਹੈ, ਇਹ ਫਰੀਜ਼ਨ ਹੈ, ਦੇ ਵਿੱਚ ਕਰਾਸ ਹੈ। ਇਹ ਸਾਰਾ ਕੁਝ ਮੇਰੇ ਕੈਮਰਾਮੈਨ ਵਿਖਾ, ਨਿੱਕਾ ਨਿੱਕਾ ਸਿੰਘ ਹੈ ਇਸ ਗਾਂ ਨੂੰ ਲੱਗਾ ਹੋਇਆ। ਔਰ ਜਨਾਬ ਮੇਰੇ ਕੈਮਰੇ ਦੀ ਨਜ਼ਰ ਹੈ, ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਵਿਖਾ ਰਿਹਾ ਹੈ, ਇਹ ਵੱਛੇ ਦਾ ਦਰਿਆ ਕਰਦੀ ਪਈ ਹੈ। ਔਰ ਇਹ ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ, ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਸਾਰਾ ਕੁਝ ਵਿਖਾ ਰਿਹਾ ਹੈ। ਇਹ ਗਾਂ ਦੂਜਾ ਸੂਆ ਜਾਂ ਪਹਿਲਾ ਸੂਆ ਹੈ, ਮਗਰ ਇਹਦੇ ਵੱਛਾ ਹੈ। ਔਰ ਜਨਾਬ ਮੇਰੇ ਕੈਮਰੇ ਦੀ ਨਜ਼ਰ, ਵੱਛੀ ਹੈ ਫਰੀਜ਼ਨ, ਮਗਰ ਕਰਾਸ ਵੱਛੀ ਹੈ, ਚੌਲਸਤਾਨ ਦੇ ਵਿੱਚ ਕਰਾਸ, ਇਹ ਵੱਛੀ ਹੈ ਜਨਾਬ। ਔਰ ਜਨਾਬ ਇਹ ਗਾਂ ਦੇ ਕੋਲ ਦੁੱਧ ਜਿਹੜਾ ਭਾਈ ਨੂੰ ਪੁੱਛ ਲੈਣਾ। ਗਾਂ ਦੇ ਥਣ ਕਾਲੇ ਨੇ, ਨਿੱਕੀ ਜੀ ਹੈਗੀ ਹੈ, ਇਹਦੇ ਕੋਲ ਆਵਾਨਾ। ਔਰ ਜਨਾਬ 20-22 ਦਿਨਾਂ ਦੀ ਸੂਈ ਸੀ, ਤਕਰੀਬਨ 15-20 ਦਿਨ ਗੇਰ ਤੇ ਗਾਂ ਲੱਗੀ ਖੜੀ। ਅੱਲਾ ਖੈਰ ਕੇ ਸਾਨੂੰ ਵੀ ਲਾਣ ਲਾਈ ਕਰੀ। ਇਹ ਜਨਾਬ ਹੈ ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ ਹੈ, ਇਹ ਖੂਬਸੂਰਤ ਹੈਵਾਨਾ। ਔਰ ਜਨਾਬ ਬਿਹਤਰੀਨ ਹੈ ਗਾਂ, ਮੇਰੇ ਕੈਮਰੇ ਦੀ ਨਜ਼ਰ, ਮੇਰਾ ਕੈਮਰਾ ਮੈਨ ਤੁਹਾਨੂੰ ਵਿਖਾ ਰਿਹਾ, ਔਰ ਤੁਹਾਨੂੰ ਇਨਸ਼ਾਅੱਲਾ ਪਸੰਦ ਆਵੇਗੀ ਇਹ ਸਾਰਾ ਕੁਝ। ਇਹ ਅਗਲੇ ਪਾਸੋਂ ਵਿਖਾਓ ਜੀ, ਅਗਲੇ ਪਾਸੋਂ ਇਹ ਸਾਰਾ ਕੁਝ ਜੀ। ਤੇ ਮੈਂ ਭਾਈ ਨੂੰ ਪੁੱਛ ਲੈਣਾ ਤੇ ਭਾਈ ਸਾਹਿਬ ਹੋਰ ਇੱਥੇ ਆ ਜਾਂਦੇ ਨੇ, ਤੇ ਉਹਨਾਂ ਨੂੰ ਪਹਿਲਾਂ ਗਾਂ ਦਾ ਰੇਟ ਪੁੱਛ ਲੈਣਾ, ਫਿਰ ਮੈਂ ਵਿਖਾਸ ਹੈ, ਫਿਰ ਉਹਨਾਂ ਦਾ ਬੱਚਾ ਵਿਖਾਸ ਹੈ, ਸਾਰਾ ਕੁਝ। ਇਹ ਪਿੱਛੇ ਬੱਚੀ ਹੈ, ਸਲਾਮ ਅਲੈਕਮ ਜੀ। ਵਾਲੇਕਮ ਸਲਾਮ। ਕੀ ਨਾਂ ਹੈ ਵੀਰੇ? ਅਨਵਰ। ਅਨਵਰ ਭਾਈ, ਅਨਵਰ ਕੀ ਹੈ, ਤਬੀਅਤ ਸਿਹਤ? ਠੀਕ, ਸਾਰੀ ਖੈਰ ਮੇਰੇ। ਅੱਛਾ ਸੋਹਣੇ ਵੀਰੇ, ਦੱਸ ਜਿਹੜੀ ਆ ਗਾਂ ਹੈ ਇਹ ਕੀ ਵਿੱਚ ਕਰਾਸ ਹੈ, ਤੇ ਇਹ ਸੁਬਾ ਕਿਨਵਾ ਹੈ, ਦੁੱਧ ਹੁਣ ਕਿੰਨਾ ਸੋ, ਤੇ ਮਗਰ ਕੀ ਹੈ? ਦੁੰਜਣ ਸੂਈ ਖਾਈ ਹੈ ਹੇਠ ਗਾਂ। ਅਧਰ ਵੇਂ ਦਾ ਕਿਉਂ ਨਹੀਂ, ਅਧਰ ਕਿਉਂ ਵੇ? ਦੁੰਜਣ ਸੂਈ ਖਾਈ ਹੇਠ ਗਾਂ ਦੇ ਵਿੱਚ 14 ਕਿਲੋ ਗਾਂ ਦੁੱਧ ਦੇ ਦੋਵਾਂ ਟੈਮਾਂ। ਦੋਵਾਂ ਟੈਮਾਂ ਦਾ ਹਾਂ, 1,80,000 ਰੁਪਏ ਗਾਂ ਦਾ ਮੁੱਲ ਹੈ। ਤੇ ਮੁਹੱਬਤ ਪਿਆਰ? ਮੁਹੱਬਤ ਪਿਆਰ ਕਰ ਤੇ ਹੋ ਜਾ ਸੀ, ਹੋ ਜਾ ਸੀ ਮੁਹੱਬਤ ਕਰਨੀ ਹੈ ਜਾਂ ਖੁਰਕ ਨਾਨਾ ਬਾਜ ਖੁਰਕ ਕਰ ਦੀ ਸਾ, ਕਰ ਹੋ ਜਾ ਸੀ, ਮੁਹੱਬਤ ਪਿਆਰ ਹੋ ਜਾ ਸੀ। 1,80,000 ਮੁੱਲ ਕੀਤਾ ਹੈ ਮੁਹੱਬਤ ਪਿਆਰ, ਹੋ ਜਾ ਸੀ 14 ਕਿਲੋ ਦੁੱਧ ਦੋ ਟਾਈਮਾਂ ਦੇ ਗਾਂ ਦੇ ਕੋਲ। ਇਹ ਸੂਈ ਕਿੰਨੇ ਦਿਨਾਂ ਦੀ ਹੈ? ਸੂਈ 15 ਦਿਨਾਂ ਦੀ ਸੂਈ ਹੋਈ ਹੈ। ਇਹ ਸਾਰਾ ਕੁਝ ਜੀ ਮੇਰੇ ਕੈਮਰੇ ਦੀ ਨਜ਼ਰ ਹੈ। ਇਹ ਗਾਂ ਨੰਬਰ 1 ਹੈ ਜਨਾਬ, ਉਸ ਤੋਂ ਬਾਅਦ ਜਨਾਬ ਇੱਕ ਮੈਂ, ਇਹ ਮੇਰਾ ਕੈਮਰਾਮੈਨ ਤੁਹਾਨੂੰ ਵਿਖਾ ਰਿਹਾ ਇਹ ਜਨਾਬ, ਇਹ ਮੈਂ ਸ਼ਾਹ ਕਾਲੀ ਕਿਗਰੀ ਵਾਲਾ ਸਿੰਘ ਲੱਗਾ ਹੋਇਆ। ਮੈਂ ਜੀ ਨਸਲ ਦਾ, ਤੁਸੀਂ ਆਪ ਪੜ੍ਹਨੀ ਹੈ, ਮੈਂ ਨਹੀਂ ਪੜ੍ਹਨੀ। ਇਹ ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ ਸੀ ਔਰ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਸਾਰਾ ਕੁਝ ਵਿਖਾਏਗਾ। ਇਨਸ਼ਾ ਤੁਹਾਨੂੰ ਪਸੰਦ ਆਵੇਗਾ ਸਾਰਾ ਕੁਝ। ਇਸ ਮੈਂ ਦਾ ਦੁੱਧ ਕਿੰਨੇ ਥਣ ਚੱਡੇ ਦੀ ਕਿਵੇਂ ਹੈ, ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ ਸੀ ਔਰ ਮੇਰਾ ਕੈਮਰਾਮੈਨ ਤਸੱਲੀ ਨਾਲ ਸਾਨੂੰ ਸਾਰਾ ਕੁਝ ਵਿਖਾ ਸੀ ਔਰ ਤੁਹਾਨੂੰ ਪਸੰਦ ਵੀ ਇਨਸ਼ਾਅੱਲਾ ਇਹ ਮੈਂ ਆ ਸੀ। ਇਹ ਮੈਂ ਜਿੰਨੇ ਵੀ ਸੁਬਾ ਸੋਈ ਹੈ ਇਹ ਸਾਰਾ ਕੁਝ ਹੈ ਔਰ ਮੇਰੇ ਕੈਮਰੇ ਦੀ ਨਜ਼ਰ ਹੈ। ਇਹ ਜਨਾਬ ਜੋ ਹੈ ਇਹ ਸੱਪ ਹੈ, ਸ਼ੀਂ ਹੈ, ਇਹ ਜੋ ਕੁਝ ਵੀ ਹੈ ਇਹ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਵਿਖਾ ਰਿਹਾ ਹੈ। ਇਹ ਕਿਨਵਾ ਸੁਬਾ ਹੈ ਇਸ ਜੋਟੀ ਨੂੰ, ਇਹ ਸਾਰਾ ਕੁਝ ਮੇਰਾ ਕੈਮਰਾਮੈਨ ਵਿਖਾ ਰਿਹਾ ਹੈ। ਇਹ ਜਨਾਬ ਦੂਜਣ ਨੇ ਪਹਿਲਣ ਨੇ, ਇਹ ਸਾਰਾ ਕੁਝ ਵਿਖਾਤਾ ਤੁਹਾਨੂੰ। ਇਹ ਜਨਾਬ ਜਿਹੜਾ ਖੱਬੇ ਪਾਸੇ ਲੱਗਾ ਹੋਇਆ ਟੀਕਾ ਲੱਗਿਆ ਹੋਇਆ ਇਹ ਉਹਦਾ ਨਿਸ਼ਾਨ ਹੈ। ਤੇ ਮੈਂ ਆਪਦੇ ਭਰਾ ਨੂੰ ਵਿਖਾ ਲੈਣਾ ਜਨਾਬ। ਭਾਈ ਜਾਨ ਇਹ ਇਹਦਾ ਆ ਜਾ, ਬਸ ਛੱਡ ਦੇ ਯਾਰ ਇਹਨੂੰ, ਜਾਣ ਦੇ ਮਾਰੇਗੀ ਨਾ ਆਪਾਂ ਨੂੰ ਜਿਹੜੇ ਲਾਤ। ਮੈਂ ਭਾਈ ਨੂੰ ਪੁੱਛ ਲੈਣਾ, ਇੱਥੇ ਮੇਰੇ ਕੋਲ ਆ ਜੀ ਬਾਲਾ। ਇਹ ਜਿਹੜੀ ਮੈਂ ਵਿਖਾਈ ਹੈ ਬਾਲਾ, ਇਹ ਕਿਨਵਾ ਸੂਆ ਹੈ? ਪਹਿਲਾ ਸੂਆ ਸੂਈ ਹੈ। ਇਹਦੇ ਮਗਰ ਕੀ ਹੈ? ਇਹਦੇ ਮਗਰ ਕੱਟਾ ਸੀ। ਇਹਦੇ ਮਗਰ ਕੱਟਾ ਕਿੰਨੇ ਦਿਨਾਂ ਦੀ ਸੂਈ ਹੈ? ਸੂਈ ਹੋਇਆ ਇੱਕ 20 ਦਿਨਾਂ ਦੀ। 20 ਦਿਨਾਂ ਦੀ? ਤੇ ਸੋਹਣਾ ਇਹਦੇ ਕੋਲ ਦੁੱਧ ਕਿੰਨਾ ਹੈ ਫਾਈਨਲ? ਇਹਦੇ ਕੋਲ ਦੁੱਧ 12.6 6 ਜਗ ਸਮੇਤ ਛੰਡਾ ਦੁੱਧ 8 ਕਿਲੋ ਹੈ। 8-9 ਕਿਲੋ ਸੀ ਤੇ ਗਰਮ ਦੁੱਧ ਜਿਹੜਾ ਹੈ ਉਹ 12.6 ਜਗ ਸਮੇਤ ਹੈ। ਇਹ ਤਾਂ ਮੁਹੱਬਤ ਪਿਆਰ ਵਾਲਾ ਮੁੱਲ ਕਿਹੜਾ ਹੈ? ਇਹਦਾ ਮੁਹੱਬਤ ਪਿਆਰ ਕਰਤੇ 2,40,000। 2,40,000 ਮੁਹੱਬਤ ਪਿਆਰ ਹੋ ਜਾ ਸੀ? ਇਹਦੇ ਮਗਰ ਕੱਟਾ ਕਿਹੜਾ ਵਿਖਾ? ਹਾਂ ਕੱਟਾ ਜੀ ਇਹਦੇ ਪਿੱਛੇ ਇਹ ਬੱਲਾ, ਤੁਸੀਂ ਵੇਹਦੇ ਪਏ ਜੀ ਬਿੱਲੀ ਆਖੇ। ਔਰ ਇਹ ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ ਹੈ, ਮੇਰਾ ਕੈਮਰਾਮੈਨ ਤੁਹਾਨੂੰ ਵਿਖਾਇਆ। 2,40,000 ਰੁਪਇਆ ਮੁੱਲ ਕੀਤਾ ਹੈ, ਮੁਹੱਬਤ ਪਿਆਰ ਵਿੱਚ ਹੋ ਜਾਏਗਾ ਔਰ ਇਨਸ਼ਾਅੱਲਾ ਕਰਾਵਾਂਗੇ। ਉਸ ਤੋਂ ਬਾਅਦ ਜਨਾਬ ਇੱਕ ਮੈਂ ਖੜੀ, ਇਹ ਵੀ ਪਹਿਲ ਨੇ ਔਰ ਜਨਾਬ ਬਿੱਲੀਆਂ ਨਹੀਂ ਕਾਲੀਆਂ ਅੱਖਾਂ ਨੇ ਦੋਵੇਂ ਫੁੱਲੀ ਹੈ, ਖੁੰਡਾ ਸਿੰਘ ਹੈ, ਖੱਬਾ ਮੋੜ ਆਇਆ ਹੋਇਆ ਇਸ ਮੈਂ ਨੂੰ। ਔਰ ਇਹ ਸਾਰਾ ਕੁਝ ਮੇਰੇ ਕੈਮਰੇ ਦੀ ਨਜ਼ਰ ਗਾਨੀ ਤੋਂ ਫੜ ਲਈ ਆ, ਇਹਦੀ ਗਾਨੀ ਤੋਂ ਫੜ ਲਈ। ਇਹ ਬਿਲਕੁਲ ਬਰੀਕ ਔਰ ਸੋਹਣੀ ਨਸਲ ਜਾਤ ਤੁਸੀਂ ਆਪ ਜੋਟੀ ਦੀ ਵੇਖਣੀ ਹੈ। ਥਣ ਚੱਡਾ ਬੜਾ ਖੂਬਸੂਰਤ ਹੈ, ਪਿੱਛੇ ਦੋ ਬਟਨ ਵੀ ਲੱਗੇ ਹੋਏ ਨੇ ਇਸ ਮੈਂ ਨੂੰ। ਔਰ ਮੇਰੇ ਕੈਮਰੇ ਦੀ ਨਜ਼ਰ ਹੈ, ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਸਾਰਾ ਕੁਝ ਵਿਖਾ ਰਿਹਾ। ਇਹ ਵੀ ਪਹਿਲਣ ਜੋਟੀ ਹੈ ਔਰ ਜਨਾਬ ਬੜੀ ਖੂਬਸੂਰਤ ਹੈ, ਨਸਲ ਜਾਤ ਤੁਸੀਂ ਆਪ ਵੇਖ ਲੈਣੀ ਹੈ। ਇਹਦਾ ਮੁਹੱਬਤ ਪਿਆਰ ਵਾਲਾ ਮੁੱਲ ਭਰਾ ਨੂੰ ਪੁੱਛ ਲੈਂਦੇ ਹਾਂ ਇਹਦਾ ਕੀ ਹਿਸਾਬ ਕਿਤਾਬ ਹੈ। ਤੇ ਭਰਾ ਜਿਹੜਾ ਹੈ ਮੇਰਾ ਦੱਸੇ, ਇਹ ਜੋਟੀ ਨੰਬਰ 2 ਹੈ ਜੀ, ਗਾਂ ਤੋਂ ਬਾਅਦ ਤੀਸਰਾ ਨੰਬਰ ਹੈ, ਵੈਸੇ ਜੋਟੀ ਨੰਬਰ 2 ਹੈ। ਤੇ ਲਾਲਾ ਇੱਧਰ ਵੇਖੋ,
بولے دو 10 مگا میں کو 12 شیر پیلن کو 1200 شیر جاگ سمیت بالکل جاگ سمیت نا تے جاگ تو بغیر جڑا ٹھنڈا دودھ ہوندا جنو اپا وہی گڈی مارے 9-10 شیر پکا ہوسی تے اینا محبت پیارا مول محبت پیار اینا مول 2,40,000 روپے اے جی محبت پیار ہوسی کر دسان ہو جاسی تھوڑا بہت واہ واہ تھوڑا بہت ہیں تھوڑا بہت زیادہ نہیں ہونا تے اے جناب دوبارہ ایک بار اے مگر اندے کٹا اے نکا جا تسی ویندے پے جے اے میرا کیمرامین تانوں وکھا رہا اے اے بڑی خوبصورت پہلن جناب اے جھوٹی میری کیمرے نظر شاہ کالی او صبح جناب اک بلی تے اک پاسوں کالی اکھے کھنڈے پچھانو سنگھ سوں اور جناب صبح دوجا یا تیجا ہوسی میرے کیمرے دی نظر اے میرا کیمرامین تاں تسلی نال سارا کچھ وکھا رہا اے اے بھائی انور نوں پچھاں گے کنما سوا اے کی حساب کتاب اے اس مہ دا دودھ کنا اے تھن چڈا کیویں سوں اور جو کچھ بھی ہے اے جناب لسیری اے بریک اے ان دی وجہ تو جناب شاید میرے طرح اندر حال بھیڑا جہا ہے باقی اللہ دی رحمت ہے ساری ٹھیک ٹھاک ہے ستھری ہے سارا کچھ میری کیمرے دی نظر ہے اور میرا کیمرہ بن تو تسلی نہ بخار ہے اندر بچہ بھی دسیا ہے اے سوئی کنے دن دی او بھی دسیا ہے جی بھائی انور ہاں جی بھائی جڑیا میں وکھائی تیجے نمبر والی ہاں جی اے کنا سو ہے پہلے دوجن سوئی ہوئی ہے دوجن سوئی ہے اچھا کنے دن دی سوئی ہے سوئی ہو گن 20 دن دی سوئی 20 دن دی سوئی ہوئی ہے اچھا ویرندر کول جڑا فائنل دودھ ہے ہن تو میلے تو چل پئی سی پکا دودھ کنا ہاں 13 کلو پکا دودھ 13 کلو پکا دودھ جاگ سمے جاگ سمے تے مطلب 11 کلو دودھ ہوسی ہاں 11 کلو 12 تو 12 پکا دودھ ہوسی تے اے جناب سونا ایندا محبت پیار والا مول کی محبت پیار والا ماں مول تو 2.5 لاکھ 2.5 لاکھ محبت کا محبت دیتے دویا سی دیویا جن نے دیو سی انہوں نے تس کر لیس ہاں جی میں بھی ہویا تس کر لیس تہاڈا محبت دار کرسو تے اے سارا کچھ میرے کیمرے دی نظر اے تے جھوٹ کوئی نہیں چلدا نہیں جھوٹ نہیں چلدا اے مگر کٹا ہے کٹاں دی 20 دن دی سوئی ہے ہاں 20 اچھا جی اے جناب 2,50,000 دا مول کردے نے دودھ دے 13 14 کلو ہے او کھانے دی بعد تے اے جناب جڑا اے محبت پیار کا اک کالی ہے اک بلی ہے تے اے جناب چوتھے نمبر والا پشو ہے تے تیسرے نمبر والی ہے میں پہلے نمبر دے وچ گاں ہے گئی او صبح جناب اے میں شاہ کالی کنڈا سنگھ متھے نلکی پھلی اور نسل ذات تھی آپ ویکھنی ہے میں دی جناب کمال فل بریک میں اور جناب بڑی خوبصورت نیلی دا شاہکار اور برانڈ ہے ایک ہڈی دی ہے میں نہیں تین ہڈیاں نے یار ایک ہی ہے جناب ایک ہی ہے گیر تے لگ جاندیاں نے مینوں ویکھ تے اے جڑا بھی صاحب کتاب ہے میرے کیمرے دی نظر ہے اور ماشاءاللہ بڑا خوبصورت حیوانہ اور پورا مٹھ مڑ دا سونا تھن چڈا میرے کیمرے دی نظر میرا کیمرامین تسلی نہ تانوں سارا کچھ وکھا رہا ہے نیلی دی خوبصورت ہے جناب میں پچھلے دو میں پیر چٹے نے اور جناب متھے پھلی ہے موڑ اج جناب آیا ہوا ہے اور اے سارا خوبصورت بڑی پدھر اور بڑی سونی جناب میں میری کیمرے دی نظر ہے میرا کیمرامین تانوں تسلی نہ سارا کچھ وکھا رہا ہے اور انشاءاللہ تانوں پسند بھی آئے گا انہوں کو ٹھا لیا اے سارا کچھ اور جناب اے نمبر لگے نے نیلی دے 416 نمبر لگیا ہے اے جناب اس میں نو اور میں بڑی خاندان والی ہے نسل والی ہے ذات والی ہے اور انشاءاللہ نیلی دی اونا مہین جو جڑی با پا والی نے علی والی نے نسل والی نے اے سارا کچھ میرے کیمرے دی نظر ہے اور اے جناب اے اندے پیچھے کٹی ہے کٹا ہے اندے پیچھے کیڑا کٹا ہے اندے پیچھے او کٹا ہے جی اے کسے ہور دا بناتا اگے اچھا جی آ کٹا ہے پیچھے یہ بھی پنجا چون دیاں دی چھ دن دی سوئی ہوسی اے جو سامنے اے کٹا بھائی انور دی میں دا تے جی بھائی انور اے جناب جڑا کٹا ہے اے اس میں دا ہے تے جناب کنے دن دی سوئی ہے اے ذرا اے ایتھے کھلو کے دسی نا تے اے بھائی جان جڑا ہے نا اے کٹا جڑا ہے اے کنے دن دا سوئی ہے 8-10 دن سوئی ہے انور بھائی ان دے کول فائنل دودھ کنا ہے 14 کلو ہاں اے کنا دودھ کر جاسی اے دو تن رجانے میں چنگا دودھ ٹھوک دی 18-19 صبح دو ہے دونجن سوئی کھڑی ہے دونجنے بھی سوئی کھڑی تے مطلب صبح دعا ہے تے دودھ ہن 14 کلو ہے انشاءاللہ جڑی اگاں گئی ہے میں وقت میں 22 کلو دودھ کر سیں پکی گل ہے حوانے تو نہیں لگدا یار یار اس تو بعد ودے نال من پھاڑ لوں اچھا ہاں بالکل محبت پیار والا مول کرو محبت پیار جتنی ہے میں چک چنگی میری ماں دا مول 3,60,000 3,60,000 ہے منگدے پے جے محبت پیار ہو جاسی محبت پیار کر لے تھوڑا بہت واہ واہ تھوڑا بہت ہوسی 3,60,000 روپے مول کر دے پے جے اور اس میں دا میں دے کول دودھ جڑا 13-14 کلو ہے مالک کہندا ہے 12 کلو لاؤ لیکن اجے سجر سوئیے 5-7 دیاں دی 10 دیاں دی سوئی ہوئی ہے اور جناب مگر کٹا ہے کی ہے تو نکل سی 18-20 لیٹر بھائیاں دودھ کر سی اور ساڈی بات پکی گل ہے بالکل لوہے کوٹ سی ماں نے 20 22 نہ کرے سن پھڑ اچھا ہاں لوہے کوٹ
لوہے کوٹ اسی جناب جناب یہ جامن نہیں دینا اور سارا کچھ میری کیمرے کی نظر میرا کیمرہ مین نے سارا کچھ وکھایا ہے اور یہ جناب بڑا بہترین مال ہے جناب اور خوبصورت ہے یہ سارا کچھ بھائی نے مل بھی بڑے سونے کیتے جڑا بھی حساب کتاب کیا اپنا بہت سارا خیال رکھا جی ملیں گے نویں ویڈیو نال اللہ نگہبان